ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੇ ਸਰਵਿਸ ਰੂਲ ਨੂੰ ਮੰਨਣ ਤੋਂ ਹੀ ਨਾ ਕਰ ਦਿੱਤੀ ਹੈ। ਇੱਥੋਂ ਤੱਕ ਕਿ ਰਿਜ਼ਰਵੇਸ਼ਨ ਦੇ ਕੋਟੇ ਨੂੰ ਖਤਮ ਕਰਕੇ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਇੱਥੇ ਧਰਨਾ ਵੀ ਚੱਲ ਰਿਹਾ। ਜਿਹੜੀ ਸਾਡੀ ਸਪਸ਼ਟ ਜੀ ਉਹਦੇ 'ਚ ਡਿਮਾਂਡ ਆ ਕਿ ਯੂਨੀਵਰਸਿਟੀ ਬਿਲੋਂਗਸ ਟੂ ਪੰਜਾਬ, ਅਸੀਂ ਇਹ ਕਹਿੰਦੇ ਹਾਂ ਵੀ ਇਹ ਰਾਈਟਫੁੱਲ ਓਨਰ ਜਿਹੜਾ ਇਹਦਾ ਯੂਨੀਵਰਸਿਟੀ ਦਾ ਜਿਹੜਾ ਸਟੇਕ ਹੋਲਡਰ ਪੰਜਾਬ ਆ ਅਤੇ ਹਿਸਟੋਰੀਕਲੀ ਪੰਜਾਬ ਦਾ ਇਹਦੇ 'ਤੇ ਦਾਅਵਾ। ਦੂਜਾ ਇਹਦੇ 'ਚ ਜਿਹੜੇ ਸਰਵਿਸਿਜ਼ ਰੂਲ ਵੀ ਆ ਜਿਹੜੇ ਗਵਰਨੈਂਸ ਵਾਸਤੇ ਇੰਪਲੋਈਜ਼ ਦੇ, ਉਹ ਵੀ ਪੰਜਾਬ ਸਿਵਲ ਸਰਵਿਸਿਜ਼ ਰੂਲ ਨੇ ਅਤੇ ਉਹਦੇ ਅੰਡਰ ਜਿਹੜੀ ਰਿਜ਼ਰਵੇਸ਼ਨ ਪੋਲਿਸੀ ਆ ਉਹ ਵੀ ਕਾਇਦੇ ਨਾਲ ਪੰਜਾਬ ਦੀ ਲੱਗਣੀ ਚਾਹੀਦੀ। ਫੰਡਿੰਗ ਵੀ ਪੰਜਾਬ ਆਪਣੇ ਤਰ੍ਹਾਂ ਤੋਂ ਪੂਰੀ ਦੇ ਰਿਹਾ ਇਹਨੂੰ, ਪਰ ਉਹਦੇ 'ਚ ਧਾਂਦਲੀ ਕਰਕੇ ਕਦੀ ਸੈਂਟਰਲਾਈਜ਼ ਕਰਕੇ ਜਾਂ ਆਪਣੇ ਬੰਦਿਆਂ ਨੂੰ ਫੈਸਿਲੀਟੇਟ ਕਰਕੇ ਇੱਥੇ ਐਂਟਰੀ ਉਹਨਾਂ ਦੀ ਕਰਾਈ ਜਾ ਰਹੀ। ਹਿਸਟੋਰੀਕਲ ਦਾਅਵਾ ਉਦੋਂ ਹੁੰਦਾ ਜਦੋਂ ਤੁਸੀਂ ਇਸ ਲਈ ਸੰਘਰਸ਼ ਕਰੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੋਟਾ ਉਹ ਪੰਜਾਬ ਯੂਨੀਵਰਸਿਟੀ ਦਾ ਹੋਵੇ, ਕਿ ਪੰਜਾਬ ਯੂਨੀਵਰਸਿਟੀ ਜਦੋਂ ਇਹ ਕਹਿੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਬਿਲੋਂਗਸ ਟੂ ਪੰਜਾਬ ਤਾਂ ਨਾਲ ਇਹ ਸ਼ਬਦ ਜ਼ਰੂਰ ਕਿਹਾ ਜਾਵੇ ਕਿ ਇੱਥੇ ਸਟੇਟ ਯੂਨੀਵਰਸਿਟੀ ਬਣੇ ਜੋ ਕਿ ਸਟੇਟ ਯੂਨੀਵਰਸਿਟੀ ਹੈ ਨਹੀਂ। ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਉੱਤੇ ਆਪਣਾ ਦਾਅਵਾ ਠੋਕ ਰਹੀ ਹੈ, ਹੱਕ ਜਮਾ ਰਹੀ ਹੈ, ਪਰ ਪੰਜਾਬ ਯੂਨੀਵਰਸਿਟੀ ਨੇ ਜੋ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ ਉਹ ਸਾਰੇ ਦਾਅਵੇ ਨੂੰ ਝੂਠਾ ਸਾਬਿਤ ਕਰ ਦਿੰਦਾ ਹੈ। ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੇ ਸਰਵਿਸ ਰੂਲ ਨੂੰ ਮੰਨਣ ਤੋਂ ਹੀ ਨਾ ਕਰ ਦਿੱਤੀ ਹੈ, ਇੱਥੋਂ ਤੱਕ ਕਿ ਰਿਜ਼ਰਵੇਸ਼ਨ ਦੇ ਕੋਟੇ ਨੂੰ ਖਤਮ ਕਰਕੇ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਇੱਥੇ ਧਰਨਾ ਵੀ ਚੱਲ ਰਿਹਾ। ਧਰਨਾ ਚਲਾਉਣ ਵਾਲੇ ਜਿਹੜੇ ਸਟੂਡੈਂਟ ਉਹ ਵੀ ਸਾਡੇ ਨਾਲ ਮੌਜੂਦ ਆ ਅਤੇ ਇਹਨਾਂ ਉੱਤੇ ਧਰਨਾ ਚਲਾਉਣ ਦੇ ਅਸੂਲ ਨੂੰ ਲੈ ਕੇ ਆਖਿਰਕਾਰ ਯੂਨੀਵਰਸਿਟੀ ਨੇ ਵੀ ਐਕਸ਼ਨ ਲਿੱਤਾ ਅਤੇ ਇਹਨਾਂ ਸਟੂਡੈਂਟਸ ਨੂੰ ਰੈਸਟੀਗੇਟ ਵੀ ਕਰ ਦਿੱਤਾ ਗਿਆ ਹੈ, 7 ਜਣੇ ਰੈਸਟੀਗੇਟ ਕੀਤਾ। ਪਹਿਲਾਂ ਮਾਮਲਾ ਸਮਝ ਲੈਂਦੇ ਹਾਂ, ਲੇਵਲ ਕੀ ਮਾਮਲਾ ਕੀ ਹੈ ਪੂਰਾ? ਮਾਮਲਾ ਇਹ ਹੈ ਜੀ, ਪਿਛਲੇ ਕਾਫੀ ਦਿਨਾਂ ਤੋਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਸੀਗੇ ਆਪਦੀ ਪੰਜਾਬ ਦੀ ਰਿਜ਼ਰਵੇਸ਼ਨ ਪੋਲਿਸੀ ਨੂੰ ਇੱਥੇ ਲਾਗੂ ਕਰਵਾਉਣ ਵਾਸਤੇ। ਉਹਦੇ 'ਚ ਥੋੜ੍ਹੇ ਦਿਨਾਂ ਬਾਅਦ ਯੂਨੀਵਰਸਿਟੀ ਨੇ ਡਾਇਲੋਗ ਕੀ ਜਿਹੜਾ ਇੱਕ ਡੈਮੋਕ੍ਰੇਟਿਕ ਉਹਦੇ 'ਚ ਹੁੰਦਾ ਹੁੰਦਾ ਜਾਂ ਯੂਨੀਵਰਸਿਟੀ 'ਚ ਖਾਸ ਕਰ ਵੀ ਡਾਇਲੋਗ ਅਤੇ ਡਿਸਕਸ਼ਨ ਦੀ ਸਪੇਸ ਹੋਣੀ ਚਾਹੀਦੀ, ਉਹਨਾਂ ਨੇ ਆਪਣੇ ਵੱਲੋਂ ਡੈਡ ਐਂਡ ਕੀਤੀ ਸੀਗੀ ਔਰ ਸਾਨੂੰ ਹੋਰ ਬੜੇ ਤਰੀਕਿਆਂ ਨਾਲ ਪਰਸਿਊ ਕੀਤਾ ਜਾ ਰਿਹਾ ਸੀ, ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ। ਫਿਰ ਸਾਨੂੰ ਵੇਖਿਆ ਵੀ ਇਹ ਡੈਡ ਐਂਡ ਹੋ ਗਿਆ ਅਤੇ ਅਸੀਂ ਇੱਕ ਕਾਲ ਹੋਰ ਦਿੱਤੀ ਸੀ ਸਾਂਝੀ ਪੰਜਾਬ ਦੇ ਸਾਰੀਆਂ ਜਿੰਨੀਆਂ ਸਿਹਤ ਪਾਰਟੀਆਂ ਨੇ ਜੇ ਪੰਜਾਬ ਪੱਖੀ ਗੱਲ ਕਰਦੀਆਂ ਵੀ ਇਸ ਮਾਮਲੇ 'ਤੇ ਅਸੀਂ ਇਕੱਠੇ ਹੋਈਏ। ਉਸ 'ਤੇ ਕਾਲ ਦੇ ਕੇ ਅਸੀਂ ਪ੍ਰੋਟੈਸਟ ਕੀਤਾ, ਉਹਦੇ 'ਚ ਬੜੇ ਹੀ ਸਾਜ਼ਿਸ਼ ਤਰੀਕੇ ਨੇ ਇਹਨਾਂ ਨੇ, ਮਤਲਬ ਜਿੱਦਣ ਅਸੀਂ ਪ੍ਰੋਟੈਸਟ ਆਏ ਇੱਕ ਬੜਾ ਨੋਰਮਲ ਜਿਹਾ ਪ੍ਰੋਟੋਕੋਲ ਹੁੰਦਾ, ਤੁਸੀਂ ਇੱਥੇ ਆਓ, ਪ੍ਰੋਟੈਸਟ ਕਰੋ, ਨਾਰੇ ਲਗਾਓ, ਆਪਦੇ ਜਿਹੜੇ ਆ ਮੈਮੋਰੈਂਡਮ ਦੇ ਕੇ ਉਹਨਾਂ ਨੂੰ ਕਰ ਦਿਉ। ਇਹਨਾਂ ਨੇ ਉਸ ਦਿਨ 60-70 ਪੁਲਿਸ ਵਾਲੇ ਇੱਥੇ ਲਾਏ ਹੋਏ ਸੀਗੇ ਕਿ ਜਿਹੜਾ ਆਮ ਧਰਨਿਆਂ ਪ੍ਰਦਰਸ਼ਨਾਂ ਵਿੱਚ ਵੇਖਿਆ ਨਹੀਂ ਜਾਂਦਾ। ਅਤੇ ਫਿਰ ਉਸ ਦਿਨ ਪੁਲਿਸ ਨੇ, ਅਸੀਂ ਬੱਚਿਆਂ ਵੱਲੋਂ ਕੋਈ ਉਹ ਨਹੀਂ ਗਿਆ, ਪੁਲਿਸ ਨੇ ਸਾਨੂੰ ਗੇਟ ਤੱਕ ਵੀ ਨਹੀਂ ਜਾਣ ਦਿੱਤਾ, ਉਸ ਤੋਂ ਪਹਿਲਾਂ ਹੀ ਸਾਨੂੰ ਰੋਕਣਾ ਸ਼ੁਰੂ ਕਰਤਾ। ਅਸੀਂ ਕਿਹਾ ਵੀ ਸਾਨੂੰ ਗੇਟ ਤੱਕ ਜਾਣ ਦਿਉ, ਉਹਦੇ 'ਚ ਤਾਂ ਕੰਮ ਕੀ ਹੋਈ, ਮੇਰੇ ਵੀ ਸੱਟਾਂ ਆਪ ਲੱਗੀਆਂ, ਸਗੋਂ ਅਸੀਂ ਪੁਲਿਸ ਨਾਲ ਕੁਛ ਨਹੀਂ ਕੀਤਾ। ਫਿਰ ਉਸ ਜਿਸ ਦਿਨ ਜਿਹੜੇ ਬੱਚੇ ਉਸ ਦਿਨ ਡਿਟੇਨ ਹੋਏ ਪੁਲਿਸ ਲੈ ਕੇ ਗਈ, ਪੁਲਿਸ ਨੇ ਕੋਈ ਉਹਦੇ 'ਤੇ ਕਾਰਵਾਈ ਨਹੀਂ ਕੀਤੀ, ਪਰ ਉਹਨੂੰ ਆਧਾਰ ਬਣਾ ਕੇ ਯੂਨੀਵਰਸਿਟੀ ਨੇ ਉਹ ਸਾਰੇ ਬੱਚਿਆਂ ਨੂੰ ਸਸਪੈਂਡ ਕਰਤਾ 1 ਮਹੀਨੇ ਵਾਸਤੇ। ਨਾ ਆਪਣੇ ਡਿਪਾਰਟਮੈਂਟ ਜਾ ਸਕਦੇ ਆ, ਨਾ ਆਪਣੇ ਪੇਪਰ ਦੇ ਸਕਦੇ ਆ, ਨਾ ਆਪਣੇ ਹੋਸਟਲ ਰਹਿ ਸਕਦੇ ਆ, ਨਾ ਉਹ ਯੂਨੀਵਰਸਿਟੀ ਵਿੱਚ ਐਂਟਰ ਹੋ ਸਕਦੇ। ਹਾਂਜੀ, ਇਹ ਲੈਟਰ ਨੇ ਸਾਰੇ ਬੱਚਿਆਂ ਦੇ, ਆਹ ਮੇਰਾ ਹੀ ਆ ਲੈਟਰ ਉੱਤੇ ਜਿਹੜਾ ਪਿਆ ਹੋਇਆ, ਜਿਹਦੇ 'ਚ ਮੈਨੂੰ ਇਹ ਕਿਹਾ ਗਿਆ ਵੀ 1 ਮਹੀਨੇ ਤੱਕ ਤੁਸੀਂ ਆ ਡਿਪਾਰਟਮੈਂਟ ਨਹੀਂ ਆ ਸਕਦੇ, ਅਤੇ ਦੂਸਰਾ ਮੇਰੇ ਹੋਸਟਲ ਗਿਆ ਹੋਇਆ ਜਿਹਦੇ 'ਚ ਮੈਂ ਹੋਸਟਲ ਨਹੀਂ ਜਾ ਸਕਦਾ। ਮਾਮਲਾ ਕੀ, ਪੂਰਾ ਮਾਮਲਾ ਕੀ, ਕੀ ਤੁਸੀਂ ਚਾਹੁੰਦੇ ਸੀ, ਜਿਹੜੀ ਮੰਗ ਸੀ, ਕੀ ਰਿਜ਼ਰਵੇਸ਼ਨ ਪੋਲਿਸੀ ਆ, ਕੀ ਇਹ ਲਾਗੂ ਨਹੀਂ ਕਰਨਾ? ਜਿਹੜੀ ਸਾਡੀ ਸਪਸ਼ਟ ਜੀ ਉਹਦੇ 'ਚ ਡਿਮਾਂਡ ਆ ਕਿ ਯੂਨੀਵਰਸਿਟੀ ਬਿਲੋਂਗਸ ਟੂ ਪੰਜਾਬ, ਅਸੀਂ ਇਹ ਕਹਿੰਦੇ ਹਾਂ ਵੀ ਇਹ ਰਾਈਟਫੁੱਲ ਓਨਰ ਜਿਹੜਾ ਇਹਦਾ ਯੂਨੀਵਰਸਿਟੀ ਦਾ ਜਿਹੜਾ ਸਟੇਕ ਹੋਲਡਰ ਪੰਜਾਬ ਆ ਅਤੇ ਹਿਸਟੋਰੀਕਲੀ ਪੰਜਾਬ ਦਾ ਇਹਦੇ 'ਤੇ ਦਾਅਵਾ। ਦੂਜਾ ਇਹਦੇ 'ਚ ਜਿਹੜੇ ਸਰਵਿਸਿਜ਼ ਰੂਲ ਵੀ ਆ,
ਜਿਹੜੇ ਗਵਰਨੈਂਸ ਵਾਸਤੇ ਇੰਪਲੋਈਜ਼ ਦੇ ਉਹ ਵੀ ਪੰਜਾਬ ਸਿਵਲ ਸਰਵਿਸਿਜ਼ ਰੂਲ ਨੇ, ਅਤੇ ਉਹਦੇ ਅੰਡਰ ਜਿਹੜੀ ਰਿਜ਼ਰਵੇਸ਼ਨ ਪੋਲਿਸੀ ਆ ਉਹ ਵੀ ਕਾਇਦੇ ਨਾਲ ਪੰਜਾਬ ਦੀ ਲੱਗਣੀ ਚਾਹੀਦੀ ਆ। ਫੰਡਿੰਗ ਵੀ ਪੰਜਾਬ ਆਪਣੇ ਤਰ੍ਹਾਂ ਤੋਂ ਪੂਰੀ ਦੇ ਰਿਹਾ ਇਹਨੂੰ, ਪਰ ਉਹਦੇ 'ਚ ਧਾਂਦਲੀ ਕਰਕੇ ਕਦੀ ਸੈਂਟਰਲਾਈਜ਼ ਕਰਕੇ ਜਾਂ ਆਪਣੇ ਬੰਦਿਆਂ ਨੂੰ ਫੈਸਿਲੀਟੇਟ ਕਰਕੇ ਇੱਥੇ ਐਂਟਰੀ ਉਹਨਾਂ ਦੀ ਕਰਾਈ ਜਾ ਰਹੀ ਆ, ਉਹਨੂੰ ਇੱਕ ਯੂਨੀਫਾਰਮ ਕਰਕੇ ਪੰਜਾਬ ਦੀ ਰਿਜ਼ਰਵੇਸ਼ਨ ਪੋਲਿਸੀ ਜਿਹੜੀ ਆ ਉਹ ਇੱਥੇ ਲਾਗੂ ਕਰਾ ਕੇ ਪੰਜਾਬ ਦੇ ਹਿੱਤਾਂ ਦੀ ਇੱਥੇ ਰਾਖੀ ਕਰਵਾਉਣਾ ਚਾਹੁੰਦੇ ਸੀ। ਹਿੱਤਾਂ ਤੁਸੀਂ ਰੱਖ ਕਰ ਰਹੇ, ਤੁਸੀਂ ਵੀ ਨਾਲ ਲੰਬੇ ਸਮੇਂ ਜੁੜੇ ਹੋਏ, ਕਿਉਂ ਲੱਗਦਾ ਕਿ ਪੰਜਾਬ ਸਰਕਾਰ ਇੱਥੇ ਫੇਲ ਸਾਬਿਤ ਹੋ ਰਹੀ ਹੈ, ਕਿਉਂ ਪੰਜਾਬ ਸਰਕਾਰ ਦਾ ਦਾਅਵਾ ਕਰ ਰਹੀ ਆ, ਫਿਰ ਇੰਟਰਫੇਰੈਂਸ ਕਿਉਂ ਨਹੀਂ? ਮਤਲਬ ਪੰਜਾਬ ਸਰਕਾਰ ਦਾ ਜਿਹੜਾ ਭਗਵੰਤ ਮਾਨ ਹੈ ਉਹ ਇਸ ਯੂਨੀਵਰਸਿਟੀ ਦੇ ਵਿੱਚ ਐਕਸ ਆਫਿਸ਼ੀਓ ਮੈਂਬਰ ਹੈ। ਅਸੀਂ ਮਤਲਬ ਸਭ ਤੋਂ ਪਹਿਲਾਂ ਇਹ ਜਿਹੜਾ ਪ੍ਰੋਟੈਸਟ ਹੈ ਇਹ SFS ਨੇ ਸ਼ੁਰੂ ਕੀਤਾ ਸੀਗਾ, ਮਤਲਬ ਮਾਮਲਾ ਇੱਥੋਂ ਸ਼ੁਰੂ ਹੋਇਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ BC OBC ਰਿਜ਼ਰਵੇਸ਼ਨ 0% ਸੀਗੀ, ਤਾਂ ਉਹਨੂੰ ਲੈ ਕੇ ਅਸੀਂ ਪ੍ਰੋਟੈਸਟ ਸ਼ੁਰੂ ਕੀਤਾ, ਇਹਨਾਂ ਨੂੰ ਮੈਮੋਰੈਂਡਮ ਵੀ ਦਿੱਤੇ। ਮਤਲਬ ਇਹ ਕਹਿ ਰਹੇ ਨੇ ਕਿ ਸਾਡੇ ਕੈਲੰਡਰ ਦੇ ਵਿੱਚ ਨਹੀਂ ਹੈਗਾ, ਤਾਂ ਅਸੀਂ ਕਹਿ ਰਹੇ ਕਿ ਕੈਲੰਡਰ ਤੁਹਾਡਾ ਕੋਨਸਟੀਟਿਊਸ਼ਨ ਤੋਂ ਉੱਪਰ ਤਾਂ ਹੋ ਨਹੀਂ ਸਕਦਾ, ਅਤੇ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਇਹ ਮੰਗ ਕੀਤੀ ਆ ਕਿ ਇੱਕ ਪਾਸੇ ਪੰਜਾਬ ਸਰਕਾਰ ਦੀ ਪੋਲਿਸੀ ਆ ਅਤੇ ਇੱਕ ਪਾਸੇ ਪੰਜਾਬ ਦੇ ਲੋਕ ਨੇ, ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਡਿਮਾਂਡ ਆ ਉਹਦੇ ਹੱਕ ਦੇ ਵਿੱਚ ਖੜੇ ਆ। ਆਖਰੀ ਗੱਲ ਕਰ ਰਹੇ ਹੋ, ਪਰ ਪੰਜਾਬ ਸਰਕਾਰ ਦੇ 2 MLA ਵੀ ਇਸ 'ਚ ਸ਼ਾਮਿਲ ਨੇ ਸੈਨੇਟ ਦੇ ਵਿੱਚ, ਫਿਰ ਉਹ ਕਿਉਂ ਨਹੀਂ ਬੋਲਦੇ, ਕਿਉਂ ਚੁੱਪੀਤਾਰੀ ਹੋਈ ਹੈ? ਮਤਲਬ ਇਹ ਤਾਂ ਮਤਲਬ ਪੰਜਾਬ ਸਰਕਾਰ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਕਿ ਪੰਜਾਬ ਸਰਕਾਰ ਦੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਡਾ ਹਿਸਟੋਰੀਕਲ ਦਾਅਵਾ ਪੰਜਾਬ ਦੇ ਉੱਪਰ, ਹਿਸਟੋਰੀਕਲ ਦਾਅਵਾ ਉਦੋਂ ਹੁੰਦਾ ਜਦੋਂ ਤੁਸੀਂ ਇਸ ਲਈ ਸੰਘਰਸ਼ ਕਰੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੋਟਾ ਉਹ ਪੰਜਾਬ ਯੂਨੀਵਰਸਿਟੀ ਦਾ ਹੋਵੇ, ਕਿ ਪੰਜਾਬ ਯੂਨੀਵਰਸਿਟੀ ਜਦੋਂ ਇਹ ਕਹਿੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਬਿਲੋਂਗਸ ਟੂ ਪੰਜਾਬ, ਤਾਂ ਨਾਲ ਇਹ ਸ਼ਬਦ ਜ਼ਰੂਰ ਕਿਹਾ ਜਾਵੇ ਕਿ ਇੱਥੇ ਸਟੇਟ ਯੂਨੀਵਰਸਿਟੀ ਬਣੇ, ਜੋ ਕਿ ਸਟੇਟ ਯੂਨੀਵਰਸਿਟੀ ਹੈ ਨਹੀਂ। ਹੁਣ ਇੱਥੇ ਯੂਨੀਵਰਸਿਟੀ ਦੇ ਵਿੱਚ ਜੇ ਚਾਹੇ ਪੰਜਾਬ ਵਾਲੀ ਰਿਜ਼ਰਵੇਸ਼ਨ ਵੀ ਲੱਗ ਜੇ ਤਾਂ ਵੀ ਪੂਰੇ ਬਾਹਰ ਤੋਂ ਪੰਜਾਬ ਤੋਂ ਬਾਹਰ ਸਟੂਡੈਂਟ ਆਉਣੇ ਨੇ, ਤਾਂ ਇਹ ਬਹੁਤ ਜਿਹੜੀ ਇਹਨੂੰ ਪੇਸ਼ ਇੱਦਾਂ ਕਰਨਾ ਚਾਹੀਦਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਦੀ ਤਾਂ ਹੀ ਹੋ ਸਕਦੀ ਹੈ ਜੇ ਉਹਨੂੰ ਸਟੇਟ ਯੂਨੀਵਰਸਿਟੀ ਡਿਕਲੇਅਰ ਕਰਾਂਗੇ। ਸਟੇਟ ਯੂਨੀਵਰਸਿਟੀ ਨੂੰ ਡਿਕਲੇਅਰ ਕਰਨ ਵਾਸਤੇ 85% ਕੋਟਾ ਪੰਜਾਬ ਦਾ ਹੋਵੇ, ਉਹ ਨਾਲ ਮੰਗਣੀ ਜ਼ਰੂਰੀ ਆ। ਅਦਰਵਾਈਜ਼ ਚਾਹੇ ਪੰਜਾਬ ਦੀ ਲਾਗੂ ਹੋਵੇ ਚਾਹੇ ਸੈਂਟਰ ਦੀ ਲਾਗੂ ਹੋਵੇ, ਉਹਦੇ ਨਾਲ ਮਤਲਬ ਉਹ ਜਿਹੜਾ ਨਰੇਟਿਵ ਆ ਉਹ ਗਲਤ ਹੋ ਜਾਂਦਾ ਉਹਦੇ ਨਾਲ। ਤੁਸੀਂ ਜਿਹੜੀ ਹੈ ਗੁਲਤਾਰ ਸੰਧਵਾ ਡਿਪਟੀ ਸਪੀਕਰ ਤੱਕ ਵੀ ਤੁਸੀਂ ਪਹੁੰਚ ਕੀਤੀ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ, ਕੀ ਕਹਿੰਦੇ ਨੇ ਉਹ, ਕਿਉਂ ਫਿਰ ਇੱਥੇ ਐਕਸ਼ਨ ਨਹੀਂ ਲੈਂਦੇ ਨਜ਼ਰ ਆਏ? ਉਹਨਾਂ ਨੇ ਦੇਖੋ, ਉਹਨਾਂ ਨੇ ਸਾਨੂੰ ਆਸ਼ਵਾਸਨ ਤਾਂ ਦਿੱਤਾ ਸੀਗਾ, ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਲਾਸਟ ਜਿਹੜੀ ਸਾਡੀ ਇਹ ਧਰਨੇ ਤੋਂ ਪਹਿਲਾਂ ਗੱਲ ਉਹਨਾਂ ਨਾਲ ਇੱਕ ਵਾਰ ਹੋਈ ਸੀਗੀ, ਉਹਨਾਂ ਨੇ ਕਿਹਾ ਸੀਗਾ ਵੀ ਮੈਂ ਆਪਦੇ ਜਿਹੜੇ 2 MLA ਜਿਹੜੇ ਰਿਪ੍ਰੈਜੈਂਟੇਟਿਵ ਨੇ ਪੰਜਾਬ ਸਰਕਾਰ ਵੱਲੋਂ ਸੈਨੇਟ ਵਿੱਚ, ਉਹ ਭੇਜਣ ਨੂੰ ਤਿਆਰ ਹਾਂ। ਉਹਦੇ 'ਚ ਜਿਹੜਾ ਦੂਜਾ ਪੱਖ ਉਹ ਇਹ ਆ ਨਾ ਵੀ ਯੂਨੀਵਰਸਿਟੀ ਨੇ ਕਮੇਟੀ ਬਿਠਾਉਣੀ ਆ, ਦੂਜੇ ਪਾਸੇ ਅਸੀਂ ਪਹਿਲਾਂ ਯੂਨੀਵਰਸਿਟੀ ਨਾਲ ਗੱਲ ਕਰ ਰਹੇ ਹਾਂ ਵੀ ਆਪਾਂ ਉੱਥੇ ਵੀ ਧਿਰ ਬਣਾਈ ਹੋਈ ਆ, ਤੁਸੀਂ ਕਮੇਟੀ ਬਿਠਾਓ, ਉਹਨਾਂ ਨੂੰ ਬਣਾਓ ਮੈਂਬਰ, ਉਹਦੇ 'ਤੇ ਯੂਨੀਵਰਸਿਟੀ ਜਿਹੜੀ ਭੱਜਦੀ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਇਹ ਖਲਾਰਾ ਜਿਹੜਾ ਹਜੇ ਤੱਕ ਚੱਲ ਰਿਹਾ। ਲਗਾਤਾਰ ਤੁਸੀਂ ਪ੍ਰੈਸ ਕਰਦੇ ਰਹੋ, ਅਸੀਂ ਹੁਣ ਵੀ ਅੱਜ ਵੀ ਇਸ ਗੱਲ 'ਤੇ ਸਟੈਂਡ ਕਰ ਰਹੇ ਹਾਂ ਵੀ ਜੇ ਯੂਨੀਵਰਸਿਟੀ ਉਹਨਾਂ ਨੂੰ ਧਿਰ ਬਣਾਵੇ ਇੱਥੇ ਬਣਾਵੇ ਤਾਂ ਆਪਾਂ ਕਿਸੇ ਨੈਗੋਸ਼ੀਏਸ਼ਨ ਟਰਮ 'ਤੇ ਪਹੁੰਚ ਸਕਦੇ ਹਾਂ। ਪਿਛਲੇ 30 ਦਿਨਾਂ ਤੋਂ ਸਟੂਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਹ ਕਹਿ ਕੇ ਕਿ ਪੰਜਾਬ ਸਰਵਿਸ ਰੂਲ ਜਿਹੜੇ ਉਹ ਲਾਗੂ ਨਹੀਂ ਕੀਤੇ ਜਾ ਰਹੇ, ਇੱਥੋਂ ਤੱਕ ਰਿਜ਼ਰਵੇਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਘਟਾ ਕੇ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵਰਮਾ ਜੀ ਮੌਜੂਦ, ਇਹਨਾਂ ਨਾਲ ਗੱਲਬਾਤ ਕਰਦੇ ਆ। ਵਰਮਾ ਜੀ, ਕੀ ਪੂਰਾ ਮਾਮਲਾ ਹੈ ਕਿ ਸਟੂਡੈਂਟਸ ਕਹਿ ਰਹੇ ਨੇ ਕਿ ਤੁਹਾਡੇ ਵੱਲੋਂ ਜਿਹੜੀ ਰਿਜ਼ਰਵੇਸ਼ਨ ਕੋਟਾ ਹੈ ਉਹਨੂੰ ਘਟਾਇਆ ਜਾ ਰਿਹਾ ਹੈ? ਦੇਖੀਏ, ਘਟਾਨੇ ਕੀ ਕੋਈ ਬਾਤ ਨਹੀਂ ਹੈ, ਹਮ ਪੰਜਾਬ ਯੂਨੀਵਰਸਿਟੀ ਕਾ ਜੋ ਸਟਰਕਚਰ ਹੈ ਉਹ ਇੰਟਰ ਸਟੇਟ ਬੋਡੀ ਕਾਰਪੋਰੇਟ ਕਾ ਹੈ, ਜਿਸਮੇ ਕਿ ਸੈਂਟਰ ਕਾ ਵੀ ਸਟੇਕ ਹੋਲਡਰ ਹੋਤੇ ਹੈ ਔਰ ਹਮਾਰੀ ਪੰਜਾਬ ਗਵਰਨਮੈਂਟ ਵੀ ਸਟੇਕ ਹੋਲਡਰਸ ਹੈ। ਅਬ ਜੋ ਵੀ ਰਿਜ਼ਰਵੇਸ਼ਨ ਪਾਲਿਸੀ ਯਹਾਂ ਫਾਲੋ ਹੋਈ ਹੈ ਇਸ ਸਮੇਂ, ਉਹ ਹਮਨੇ ਉਸ ਸਮੇਂ 15% SC ਕੋ ਦਿਆ ਹੈ ਔਰ 7.5% ST ਕੋ ਦੇ ਰੱਖਾ ਹੈ। ਨੋਨ ਟੀਚਿੰਗ ਕੇ ਲੀਏ ਵੀ ਹਮਾਰੇ ਪਾਸ SC ST ਔਰ BC ਕੀ ਪਰਸੈਂਟੇਜ ਹੈ ਵਹਾਂ ਪੇ।
क्योंकि अब हम ये मुद्दा जब रिजर्वेशन का आया तो उस 2008 में हमारी सेनेट ने इसके ऊपर डिस्कशन लिया। उस समय ओबीसी का रिजर्वेशन के बारे में सेंटर को हमने लिखा, सेंटर ने उसको ऐसा कभी अप्रूवल नहीं दिया क्योंकि उसमें 27% जनरल कैटेगरी का बढ़ना था और कुछ ग्रांट का भी इशू था, तो उस सिलसिले में कोई वहाँ से एश्योरेंस नहीं मिला, तो इसलिए उस समय लागू नहीं हो सका। इस समय जो मुद्दा बच्चों ने उठाया है जिसमें बी सी और ओबीसी की रिजर्वेशन की बात आई है, उस पर भी हम लोगों ने एक कमेटी बनाई है जो दोनों एस्पेक्ट को देख रही है। ये कमेटी है जो एडमिशन्स के प्रस्पेक्टिव देख रही है कि एडमिशन में कितना परसेंटेज दिया जाए। हालांकि एडमिशन में बीसी अभी है पर वो कम है क्योंकि डिफरेंट यूनिवर्सिटीज़ का अलग है पंजाब में। हमारी यूनिवर्सिटी क्योंकि इंटर स्टेट बॉडी कॉरपोरेट है, इसमें पंजाब हरियाणा ये सब हुआ करते थे पहले, लेकिन अब पंजाब और सिर्फ सेंटर ही मेन स्टेक होल्डर्स हैं, तो इसलिए जो बीसी का परसेंटेज 5% है एडमिशन में है। रिजर्वेशन इन रिक्रूटमेंट की जो बात आती है उसमें अब एक कमेटी ने डिस्कशन कर लिया है, उसके ऊपर की रिकमेंडेशन आ रही हैं। वो रिकमेंडेशन हमने क्या कहते हैं सेंटर को भेजनी है, जो हमें थ्रू अपने सेनेट सिंडिकेट के थ्रू जाना होता है, फिर सेंटर जब उसको अप्रूव करता है। लेकिन 2011 में जो हमारी एक कम्युनिकेशन हमें यूजीसी के माध्यम से आई है, जो मिनिस्टर ऑफ एजुकेशन के थ्रू आई थी, जो 8 के बेसिस पर थी, उसमें ये दिखा था कि क्योंकि हमारा जो बेसिकली जो एक्ट बना है वो पंजाब रीऑर्गेनाइजेशन एक्ट के अकॉर्डिंगली चल रहा है, उसमें पंजाब सरकार की कंकरेंस लेना भी ज़रूरी है और साथ में हमें जो है ये अप्रूवल सेंट्रल गवर्नमेंट से लेना है। तो ये बहुत तो कह सकते कॉम्प्लिकेटेड इश्यूज है कि हमें, क्योंकि सेंटर का जो रिजर्वेशन रूल्स अलग हैं पंजाब के अलग हैं, तो अब इस स्थिति में जब पंजाब यूनिवर्सिटी एक इंटरस्टेट बॉडी कॉरपोरेट है, उसमें ये दोनों चीज़ों को मिक्स करना बहुत कॉम्प्लेक्स हो गया है। तो हमारा डिसीजन यही है, हम इसको लीगल एंगल से भी एग्जामिन करेंगे कि हमें अगर सक्सेसिव स्टेट अगर पंजाब है तो पंजाब के हिसाब से क्या बनता है, और हम वहाँ पंजाब में एसटी नहीं है, यहाँ पे एसटी है और हम एसटी को मना भी नहीं कर पाएंगे, तो ये कुछ इस तरह के पेचीदा इश्यूज है जिसकी वजह से ये इतना जल्दी सॉल्व नहीं हो पा रहा। पंजाब यूनिवर्सिटी रजिस्ट्रार ने वर्मा जी जड़े कह रहे हैं कि असी एक कमेटी गठित की आ, कमेटी उस उत्ते फैसला लै रही है क्योंकि इस दे विच सेंटर दे भी रूल ने ते पंजाब दे भी रूल ने, दोनों दे विच कोई विचला रस्ता लभना होगा तो सौखे तरीके नाल उन्हें इंप्लीमेंट करना होगा ता जो सही जो मंगा ने स्टूडेंट्स दी वो भी पूरिया हो सकन ते प्रोटेस्ट भी रुक सके। यूनिवर्सिटी का अपना पक्ष है, स्टूडेंट्स का अपना पक्ष है, पर हजे प्रोटेस्ट जारी है तो यूनिवर्सिटी कमेटी बना के इस उत्ते कार्रवाई करती नज़र आ रही है। असी पक्ष पंजाब यूनिवर्सिटी के विद्यार्थियों का भी सुन रहा है तो रजिस्ट्रार साहब का भी सुन रहा, हर कोई अपनी गल कहता नज़र आ रहा, पर इस सारे मामले के पंजाब सरकार क्यों चुप बैठी है, क्यों इस इनवॉल्वमेंट नहीं लै रही जबकि वड्डा हिस्सा पंजाब का ही यूनिवर्सिटी का है, हालांकि पूरा अधिकार ही इस यूनिवर्सिटी के उत्ते पंजाब का, पर फिर भी पंजाब सरकार दावा तो करती है पर इस इशू नूं सॉल्व करन दे विच कितना किते नाकाम साबित हो रही है। इन्हां विद्यार्थियों का कहना कि जब तक मंगा पूरियां नहीं हुंदी है, पंजाब सिविल सर्विस रूल लागू नहीं हुंदा, रिजर्वेशन पंजाब दे पैमाने ते नहीं हुंदी, तद तक वह इसे तरीके नाल धरना प्रदर्शन जारी रखणगे। कैमरामैन तुलसी मेहरा दे नाल जसप्रीत सिंह गाशक, PTC न्यूज़ चंडीगढ़।